भगवंत मान नूं फुल सपोर्ट करदा, पर जिहड़ी इत्थे आ गल आ गई आ के कि हुण डिबेट दे विच सिर्फ विरोधी धिरां दी डिबेट तों यार की करवाउणा गा। जे उहदे विच पंजाब दे आम लोकां ने सवाल पुछना ना विरोधी धिरां दे काहदे सवाल, उह तां मीडिया राहीं पुछी जांदे आ। उह तां हर महीने हर दिन हर हफ्ते पोस्टां पा पा सवाल जवाब हो ही जांदे आ, पार्लीमेंट च भी हो ही जाने आ। गल तां डायरैक्ट पब्लिक नूं जवाब दिओ भी उहनां नालों थोड़ा की फर्क आ, तुसीं जिहड़ियां गल्लां कह के सत्ता च आए सी उह किन्नियां पूरियां कीतियां, ਕਿਹੜੀਆਂ ਕਿਹੜੀਆਂ ਗੱਲਾਂ ਲੋਕਾਂ ਨੂੰ ਪਸੰਦ ਆਈਆਂ ਕਿਹੜੀਆਂ ਨਹੀਂ ਆਈਆਂ, ਉਹ ਸਾਰੀਆਂ ਗੱਲਾਂ ਉਹ ਮੂਹਰੇ ਰੱਖਣਗੇ। ਫਿਰ ਡਰ ਕਾਹਦਾ, ਚੱਲ ਲੱਖੇ ਸਿਧਾਣੀ ਨੂੰ ਛੱਡੋ, ਜੇ ਉਹਨੂੰ ਨਹੀਂ ਤੁਹਾਨੂੰ ਨਹੀਂ ਆਉਣ ਦੇਣਾ, ਤੁਸੀਂ ਹੋਰ ਬੰਦੇ ਪਬਲਿਕ ਦੇ ਵਿੱਚੋਂ ਤੁਸੀਂ 20 ਬੰਦੇ ਹੋਰ ਕਿਸਾਨ ਆਗੂ ਲੈ ਲਓ, ਹੋਰ ਕੋਈ ਲੈ ਲਓ। ਅਕਸਰ ਨੂੰ ਆਮ ਲੋਕਾਂ ਦੀ ਤਾਂ ਕੋਈ ਗੱਲ ਹੋਵੇ ਨਾ, ਅਸਲ ਜੀ ਪੋਲੀਟੀਕਲ ਲੋਕ ਆਪਸ ਦੇ ਵਿੱਚ ਡਿਬੇਟ ਕਰਨਗੇ ਅਤੇ ਲੋਕਾਂ ਨੇ ਉਹ ਵੇਖ ਕੇ ਕੀ ਲੈਣਾ ਗਾ। ਲੋਕ ਇਹੀ ਕੁਛ ਤਾਂ ਦੇਖਦੇ ਆਏ ਹੁਣ ਤੱਕ, ਇਹ ਪਹਿਲੀ ਵਾਰ ਹੋਣਾ ਸੀਗਾ ਜੇ ਆਮ ਲੋਕ ਵਿੱਚ ਜਾ ਕੇ ਸਿੱਧਾ ਸਵਾਲ ਕਰ ਸਕਦੇ, ਪਰ ਆਮ ਲੋਕਾਂ ਨੂੰ ਸਵਾਲ ਕਰਨ ਤਾਂ ਕੀ ਉਹਨਾਂ ਨੂੰ ਮੂਹਰੋਂ ਚੱਕਿਆ ਜਾ ਰਿਹਾ ਗਾ। ਲੱਖੇ ਸਿਧਾਣੇ ਦੀ ਗੱਲ ਕਰ ਲਓ, ਚੱਲ ਜੀ ਉਹਨੇ ਇਹੀ ਪੁੱਛ ਲੈਂਦਾ ਜੀ, ਉਹ ਇਸ਼ਤਿਹਾਰਾਂ ਵਾਲੀ ਗੱਲ ਕਰ ਲੈਂਦਾ ਹੈ, ਨਸ਼ੇ ਦੀ ਗੱਲ ਕਰ ਲੈਂਦਾ, ਸਾਰੀਆਂ ਜੇ 5-7 ਸਵਾਲ ਜਿਹੜੇ ਉਹ ਮੇਨ ਕਹਿੰਦਾ ਹੁੰਦਾ ਜੀ ਉਹ ਪੁੱਛ ਲੈਂਦਾ, ਤਾਂ ਉੱਥੋਂ ਇੰਨੇ ਦਿਨਾਂ ਦੇ ਉਹਨਾਂ ਦੇ ਜਵਾਬ ਨਹੀਂ ਪ੍ਰਪੇਅਰ ਕੀਤੇ ਗਏ, ਜਵਾਬ ਨਹੀਂ ਪ੍ਰਪੇਅਰ ਕੀਤੇ ਗਏ ਤਾਂ ਇਹਦਾ ਮਤਲਬ ਕੀ ਆ ਕਿ ਕੰਮ ਕੀਤਾ ਨਹੀਂ ਫਿਰ। ਹਾਂਜੀ ਹੋਰ ਕਿਸੇ ਨੂੰ ਜੇ ਮੈਂ ਗਲਤ ਸੋਚਦਾ ਗਾ ਵੀ ਉਹਨੂੰ ਕਿਉਂ ਨਹੀਂ ਸੱਦਿਆ ਜਾਂ ਆਮ ਪਬਲਿਕ ਨੂੰ ਕਿਉਂ ਨਹੀਂ ਪਾਇਆ ਗਾ, ਇਹਦੇ ਪਿੱਛੇ ਕੀ ਕਾਰਨ ਆ, ਤੁਸੀਂ ਮੈਨੂੰ ਦੱਸ ਦਿਓ ਕਮੈਂਟ ਕਰਕੇ ਵੀ ਹਾਂ ਵੀ ਫਲਾਨੇ ਕਾਰਨਾਂ ਕਰਕੇ ਆਮ ਲੋਕ ਉਹ ਤੋਂ ਸਵਾਲ ਨਹੀਂ ਪੁੱਛ ਸਕਦੇ ਲੀਡਰ, ਲੀਡਰ ਕੌਣ ਆ ਯਾਰ, ਲੋਕਾਂ ਨੇ ਬਣਾਇਆ ਕਹਿ ਕੇ ਵੋਟ ਨਾਲ ਹੀ ਬਣੇ ਆ ਨਾ, ਹੋਰ ਕੋਈ ਉਹ ਸਪੈਸ਼ਲ ਕੋਈ ਸੱਤਾਰੀ ਤਾਂ ਜੰਮੇ ਨਹੀਂ ਹੈਗੇ। ਇੱਕੋ ਗੱਲ ਹੀ ਆ ਵੀ ਜਿੱਥੇ ਹੁਣ ਆਪਾਂ ਕਹਿ ਦਈਏ ਵੀ ਕਿਹੜੀ ਚੀਜ਼ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਗਾ ਵੀ ਆਮ ਲੋਕਾਂ ਨੂੰ, ਆਮ ਲੋਕ ਯਾਰ ਸਵਾਲ ਪੁੱਛ ਲੈਣ ਫਿਰ ਕੀ ਹੋਜੂਗਾ, ਉਹਨਾਂ ਦਾ ਫਾਇਦਾ ਹੀ ਹੋਊਗਾ ਨਾ, ਪਾਰਟੀ ਦਾ ਨਾ ਹੀ ਉੱਚਾ ਹੋਊਗਾ ਨਾ। ਜੇ ਨਹੀਂ ਜਵਾਬ ਆਊਗਾ ਤਾਂ ਉੱਥੇ ਕਹਿ ਦੇਣ ਭਾਈ ਅਸੀਂ ਇਹ ਚੀਜ਼ 'ਤੇ ਕੰਮ ਕਰਾਂਗੇ। ਰੋਕ ਜਾਣ ਤੋਂ ਰੋਕਣ ਦਾ ਮਤਲਬ ਕਿ ਅਸੀਂ ਪੋਲੀਟੀਕਲ ਆਪਸ ਵਿੱਚ ਵਹਿਮ ਕਰ, ਉਹ ਲੋਕਾਂ ਨੇ ਕੀ ਸੁਣਨੀ ਆ, ਉਹ ਬੈਸਟ ਆਫ ਕੋਈ ਮਤਲਬ ਹੀ ਨਹੀਂ ਰਹਿ ਗਿਆ। ਇਹ ਆਮ ਲੋਕਾਂ ਨੂੰ ਰੋਕ ਕੇ ਇਹ ਗੱਲ ਸਾਬਤ ਕਰ ਦਿੱਤੀ ਆ ਵੀ ਅਸੀਂ ਜਵਾਬ ਨਹੀਂ ਦੇ ਸਕਦੇ। ਕਮੇਡੀਅਨ ਬੰਦਾ ਹਾਜ਼ਰ ਜਵਾਬ ਬੰਦਾ ਹੁੰਦਾ ਗਾ, ਜੇ ਤੂੰ ਵੀ ਜਵਾਬ ਹੈ ਗੱਲਾਂ ਤੋਂ ਭੱਜ ਗਿਆ ਤਾਂ ਫਿਰ ਸਮਝ ਲਓ ਵੀ ਕੰਮ ਖਰਾਬ ਹੀ ਆ। ਇਹ ਜਿਹੜੀ ਕੱਲ੍ਹ ਨੂੰ ਡਿਬੇਟ ਹੋਣੀ ਆ ਇੰਨੇ ਕੁ ਮੇਰੇ ਇਹ 'ਤੇ ਵਿਚਾਰ ਆ, ਬਾਕੀ ਤੁਸੀਂ ਵੱਧ ਸਿਆਣੇ ਹੋ ਭਾਈ, ਤੁਸੀਂ ਆਪਦੇ ਦੱਸ ਦਿਓ ਕਮੈਂਟ ਦੇ ਵਿੱਚ ਤੁਸੀਂ ਇਹ ਚੀਜ਼ਾਂ ਬਾਰੇ ਕੀ ਸੋਚਦੇ ਹੋ। ਵੈਸੇ ਮੈਂ ਪੋਲੀਟੀਕਲ ਮੁੱਦਿਆਂ 'ਤੇ ਵੀਡੀਓ ਪਾਉਂਦਾ ਨਹੀਂ ਹੁੰਦਾ ਗਾ, ਇਸ ਵਾਰ ਪਾਈ ਆ, ਰਿਹਾ ਨਹੀਂ ਗਾ। ਠੀਕ ਹੈ ਜੀ, ਮਿਲਦੇ ਨੈਕਸਟ ਵੀਡੀਓ ਜੀ।